ਮੈਨੂੰ ਲੱਗ ਰਿਹਾ ਹੁਣ ਪੰਜਾਬੀ ਸਿਨੇਮਾ ਵਿੱਚ ਡਿਫਰੈਂਟ ਜਨਰਾ ਵਾਲੀ ਫਿਲਮਾਂ ਆਈਆਂ ਐਕਸ਼ਨ ਦੀ ਫੀਮੇਲ ਓਰੀਐਂਟਡ ਫਿਰ ਵੀ ਕਾਮੇਡੀ ਇੱਕ ਪੰਜਾਬ ਦਾ ਮੈਨੂੰ ਲੱਗਦਾ ਹੈ ਸੇਫ ਜਨਰਾ ਹੈ ਤੁਸੀਂ ਮੰਨਦੇ ਹੋ ਕਿ ਪੰਜਾਬ ਸਿਨੇਮਾ ਪੰਜਾਬੀ ਸਿਨੇਮਾ ਲਈ ਕਾਮੇਡੀ ਇੱਕ ਸੇਫ ਜਨਰਾ ਹੈ ਬਿਲਕੁਲ ਜੀ ਪੰਜਾਬ ਦੇ ਲੋਕ ਹੱਸਣਾ ਕੁੱਦਣਾ ਟੱਪਣਾ ਚਾਹੁੰਦੇ ਨੇ ਸਟ्रेस ਵੈਸੇ ਹੀ ਬਹੁਤ ਹੈ ਲੋਕਾਂ ਦੇ ਸਿਰਾਂ ਤੇ ਤੇ ਫਿਲਮ ਦਾ ਮਤਲਬ ਹੈ ਐਂਟਰਟੇਨਮੈਂਟ ਤੇ ਉਹ ਲੋਕ ਸਭ ਕੁਝ ਭੁੱਲ ਕੇ ਆਪ ਦਾ ਇੰਜੋਏ ਕਰਨ ਜਾਂਦੇ ਆ ਤੇ ਮੈਂਟਲੀ ਰਿਲੀਫ ਵੀ ਮਿਲਦਾ ਜਦੋਂ ਕਦੇ ਵੀ ਤੁਸੀਂ ਇਹ ਦੇਖਿਓ ਵੀ ਜਿਹੜੀ ਕੋਈ ਬੰਦਾ ਇਹ ਇਹ ਕਿਸੇ ਦੀ ਵੀ ਲਾਈਫ 'ਚ ਇਹ ਹੁੰਦਾ ਵੀ ਮੈਂ ਹੱਸਾਂ ਨਾ ਹਰ ਇੱਕ ਨੂੰ ਹੁੰਦਾ ਵੀ ਯਾਰ ਅੱਜ ਸਵਾਦ ਆ ਗਿਆ ਅੱਜ ਇੰਨਾ ਹੱਸੇ ਹੈ ਨਾ ਹੱਸਣਾ ਹਰ ਇੱਕ ਬੰਦਾ ਚਾਹੁੰਦਾ ਔਰ ਫਿਲਮਾਂ ਹਾਸੇ ਦਾ ਜ਼ਰੀਆ ਬਣਦੀਆਂ ਨੇ ਲੋਕ ਦੇਖ ਕੇ ਖੁਸ਼ ਹੁੰਦੇ ਨੇ ਸਟ्रेस ਫ੍ਰੀ ਹੁੰਦੇ ਨੇ ਸੋ ਜਿਹੜੀਆਂ ਕਾਮਿਕ ਫਿਲਮਾਂ ਨੇ ਮੈਨੂੰ ਨਹੀਂ ਲੱਗਦਾ ਕੋਈ ਕਾਮਿਕ ਫਿਲਮ ਜਿਹੜੀ ਵਧੀਆ ਬਣੀ ਹੋਊਗੀ ਕਿ ਉਹ ਕਦੇ ਫਲੌਪ ਨਹੀਂ ਲੋਕ ਉਹਨੂੰ ਇੰਜੋਏ ਕਰਦੇ ਨੇ ਉਹਨੂੰ ਪਿਆਰ ਦਿੰਦੇ ਤੁਸੀਂ ਇੱਕ ਰਾਈਟਰ ਹੋ ਤੁਸੀਂ ਡਾਇਰੈਕਸ਼ਨ ਵੱਲ ਵੀ ਆਏ ਹੋ ਤੇ ਤੁਸੀਂ ਅਗਰੀ ਕਰਦੇ ਹੋ ਇਸ ਚੀਜ਼ ਨਾਲ ਕਿ ਕਾਮੇਡੀ ਇੱਕ ਸੇਫ ਜਨਰਾ ਹੈ ਤੇ ਡਾਇਰੈਕਟਰਸ ਰਾਈਟਰਸ ਕਾਮੇਡੀ ਪ੍ਰੈਫਰ ਕਰਦੇ ਆ ਦੇਖੋ ਸੇਫ ਜਨਰ ਤਾਂ ਫਲੌਪ ਕਾਮੇਡੀ ਵੀ ਹੋ ਜਾਂਦੀਆਂ ਨੇ ਵਧੀਆ ਮਿਹਨਤ ਨਾਲ ਰੀਜ ਨਾਲ ਬਣਾਈ ਹੋਈ ਫਿਲਮ ਹੀ ਇੱਕ ਸੇਫ ਜਨਰ ਹੈ ਜੀ ਹਰ ਫਿਲਮ ਰੀਜ ਨਾਲ ਬਣਦੀ ਹੈ ਨੋ ਡਾਊਟ ਨਹੀਂ ਉਹ ਕਈ ਨਹੀਂ ਵੀ ਕਈ ਰੀਜ ਨਾਲ ਨਹੀਂ ਬਣਦੀ ਕਈ ਹੋਰ ਮਕਸਦ ਵੀ ਹੁੰਦੇ ਬਣਦੀਆਂ ਨੇ ਹਾਂ ਫਿਲਮਾਂ ਬਥੇਰੀਆਂ ਕਰਦੇ ਬਿਲਕੁਲ ਕਈ ਕਈ ਬੰਦਿਆਂ ਦੇ ਵਿੱਚੋਂ ਪੈਸਾ ਬਣਾਉਣਾ ਹੀ ਕੰਮ ਹੁੰਦਾ ਕਈ ਨਵੇਂ ਨਵੇਂ ਬੰਦਿਆਂ ਨੂੰ ਲਿਆ ਕੇ ਉਹਨਾਂ ਦਾ ਸਬਜ ਬਾਗ ਦਿਖਾ ਕੇ ਮੇਰੇ ਕੋਲੇ ਸਾਡੇ ਕੋਲੇ ਬੰਦਾ ਆਉਂਦਾ ਕੋਈ ਅਸੀਂ ਕਦੇ ਸਬਜ ਬਾਗ ਨਹੀਂ ਦਿਖਾਇਆ ਵੀ ਇਹ ਜੇ ਤੁਸੀਂ ਪੈਸੇ ਲਾਉਂਦੇ ਮਿੱਟੀ ਵੀ ਹੋ ਸਕਦੇ ਅਤੇ ਵੱਧ ਵੀ ਬਣ ਸਕਦੇ ਆ ਪਹਿਲਾਂ ਅਗਲੇ ਨੂੰ ਕਲੀਅਰ ਕਰੀਦਾ ਹੁਣ ਕਈ ਬੰਦੇ ਤਾਂ ਬੰਦੇ ਹੀ ਇਹੋ ਜਿਹੇ ਲਿਆਉਂਦੇ ਆ ਖਰੀਦ ਕੇ ਲੱਭ ਕੇ ਵੀ ਕੋਈ ਨਹੀਂ ਭਾਜੀ ਫੱਟੇ ਚੱਕ ਦਾਂਗੇ ਆ ਫਲਾਣੀ ਕੈਰੀਅਰ ਜੱਟਾ 100 ਕਰੋੜ ਕਮਾ ਗਈ ਆ ਮਸਤਾਨੇ 90 ਕਰੋੜ 'ਤੇ ਪਹੁੰਚ ਗਏ ਨੇ ਵੀ 100 ਤੋਂ ਉੱਪਰ ਲੰਘ ਜਾਣਾ ਵੀ ਤੁਸੀਂ ਮਤਲਬ ਲਿਆਓ ਅਗਲੇ ਨੂੰ ਐਂ ਲੱਗਦਾ ਵੀ ਜਿਹੜਾ 100 ਕਰੋੜ ਕਮਾਇਆ ਉਹ ਸਾਰਾ ਪ੍ਰੋਡਿਊਸਰ ਦੇ ਕੋਲੇ ਆਉਣਾ ਬੜੀਆਂ ਐਗਜ਼ਾਮਪਲਸ ਨੇ ਕਿੰਨੀਆਂ ਫਿਲਮਾਂ ਜੈਸੇ ਚਲੋ ਫਿਲਮ ਦਾ ਨਾਂ ਕੀ ਲੈਣਾ ਉਹ ਡਾਇਰੈਕਟਰ ਨੇ ਪ੍ਰੋਡਿਊਸਰ ਨੂੰ ਭਾਜੀ ਨੋਟ ਗਿਣਨ ਵਾਲੀ ਮਸ਼ੀਨ ਰੱਖ ਲਓ ਤੁਸੀਂ ਸ਼ੂਟ ਚੱਲਦੇ ਤੇ ਉਹ ਮੈਨੂੰ ਲੱਗਦਾ ਉਸ ਫਿਲਮ ਨੇ ਨੋਟ ਗਿਣਨ ਵਾਲੀ ਮਸ਼ੀਨ ਦੇ ਪੈਸੇ ਨਹੀਂ ਕੱਢੇ ਤੇ ਤੁਹਾਨੂੰ ਐਜ਼ ਡਾਇਰੈਕਟਰ ਤੁਸੀਂ ਅਗਰ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੀ ਆਡੀਅੰਸ ਕਿਸ ਤਰ੍ਹਾਂ ਦਾ ਕਨਸੈਪਟ ਪਸੰਦ ਕਰਦੀ ਹੈ ਹੁਣ ਤਾਂ ਪੰਜਾਬ ਆਡੀਅੰਸ ਨੂੰ ਚੰਗਾ ਸਿਨੇਮਾ ਦੋ ਸਾਰੇ ਹੀ ਵੇਖ ਰਹੇ ਨੇ ਐਗਜ਼ਾਮਪਲਾਂ ਦੇ ਵਿੱਚ ਜੇ ਪਤਾ ਲੱਗ ਗਿਆ ਨਾ ਤਾਂ ਸਾਰੀਆਂ ਫਿਲਮਾਂ ਹਿੱਟੀਆਂ ਜੇ ਫਿਲਮ ਸਹੀ ਗੱਲ ਹੈ ਜੇ ਇਦਾਂ ਦਾ ਪਤਾ ਲੱਗ ਗਿਆ ਆਡੀਅੰਸ ਜੇ ਪਤਾ ਵੀ ਲੱਗ ਗਿਆ ਸੀ ਐ ਇੰਟਰਵਿਊ ਨਹੀਂ ਦੱਸ ਨਹੀਂ ਦੱਸ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।